ਜਨੂੰਨ ਜਿਨ੍ਹਾਂ ਦੇ ਵੱਖਰੇ ਹੁੰਦੇ ਉਹ ਵੱਖਰਾ ਇਤਿਹਾਸ ਲਿਖਦੇ ਨੇ। ਭੀੜ ਹੋਵੇ ਜੇ ਲੱਖਾਂ ਦੀ ਉਹ ਭੀੜ 'ਚ ਵੱਖਰੇ ਦਿਖਦੇ ਨੇ। ਦਾਨ ਕਰਨਾ ਖੂਨ ਇੱਕੋ ਇੱਕ ਮਕਸਦ ਇਹਨਾਂ ਦਾ, ਬਣਾਇਆ ਵਰਲਡ ਰਿਕਾਰਡ ਇਹਨਾਂ ਨੇ, ਬਲਵੰਤ ਜਸਵੰਤ ਨਾਮ ਇਹਨਾਂ ਦਾ। ਸ਼ਖਸ ਆਪਣੀ ਪਹਿਚਾਣ ਕਦੋਂ ਬਣਾਉਂਦਾ? ਸ਼ਖਸ ਆਪਣੀ ਪਹਿਚਾਣ ਉਸ ਵਕਤ ਬਣਾਉਣ ਦੇ ਵਿੱਚ ਕਾਮਯਾਬ ਹੁੰਦਾ ਜਦੋਂ ਉਹ ਸ਼ਖਸ ਸਮਾਜ ਤੋਂ ਇੱਕ ਵੱਖਰਾ ਰਾਹ ਚੁਣਦਾ। ਸਮਾਜ ਦੇ ਬਣਾਏ ਰਸਤੇ ਤੁਹਾਨੂੰ ਭੇਡ ਚਾਲ ਦੇ ਵਿੱਚ ਤੁਰਨ 'ਤੇ ਮਜਬੂਰ ਕਰ ਦਿੰਦੇ ਹਨ, ਪਰ ਜੋ ਇਸ ਭੇਡ ਚਾਲ ਦਾ ਜਾਲ ਭੰਨਣ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਫਿਰ ਉਸ ਦਾ ਨਾਮ ਗੂੰਜਦਾ। ਇਹਨਾਂ ਦੋਹਾਂ ਮੀਆਂ ਬੀਵੀ ਦਾ ਨਾਮ ਲਿਮਕਾ ਬੁੱਕ ਰਿਕਾਰਡ ਤੋਂ ਲੈ ਕੇ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਦਰਜ ਹੋ ਚੁੱਕਿਆ। ਬਲਵੰਤ ਸਿੰਘ ਅਤੇ ਜਸਵੰਤ ਕੌਰ ਜੋ ਕਹਿੰਦੇ ਨੇ ਕਿ ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲੀਏ, ਉਹ ਪਿਛਲੇ 65 ਸਾਲ ਤੋਂ ਆਪਣਾ ਖੂਨ ਦਾਨ ਕਰ ਰਹੇ ਹਨ ਅਤੇ ਅੱਜ ਤੱਕ ਉਹਨਾਂ ਨੇ 1 ਕੁਇੰਟਲ ਅਤੇ 11 ਕਿਲੋ ਖੂਨ ਦਾਨ ਕਰ ਦਿੱਤਾ। ਇੱਕ 101 ਅਤੇ 101 ਵਾਰ ਖੂਨ ਦਾਨ ਕਰਨ ਵਾਲੇ ਬਲਵੰਤ ਅਤੇ ਜਸਵੰਤ ਕੱਪੜਿਆਂ ਦਾ ਵੀ ਖਾਸ ਤੌਰ 'ਤੇ ਧਿਆਨ ਰੱਖਦੇ ਨੇ ਜੋ ਉਹਨਾਂ ਦੀ ਇੱਕ ਦੂਜੇ ਦੇ ਲਈ ਮੁਹੱਬਤ ਨੂੰ ਬਿਆਨ ਕਰਦਾ। ਜਸਵੰਤ ਕੌਰ ਜੀ ਦੱਸਦੀ ਹਨ ਕਿ ਉਹਨਾਂ ਦੇ ਸਰਦਾਰ ਜੀ ਬਲਵੰਤ ਸਿੰਘ ਉਹਨਾਂ ਦੇ ਸੂਟ ਦੇ ਨਾਲ ਦੀ ਮੈਚਿੰਗ ਪੱਗ ਵੀ ਬਣਦੇ ਹਨ। ਪਹਿਲੀ ਵਾਰ ਦੋਹਾਂ ਨੇ 1991 ਦੇ ਵਿੱਚ ਖੂਨ ਦਾਨ ਕੀਤਾ ਸੀ ਅਤੇ ਬਸ ਫਿਰ ਇਹ ਸਿਲਸਿਲਾ ਕਦੇ ਰੁਕਿਆ ਨਹੀਂ। ਸਾਡੇ ਰਿਪੋਰਟਰ ਅਨਮੋਲ ਗੁਲਾਟੀ ਨੇ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਸਫ਼ਰ ਦੀ ਕਹਾਣੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸਰ, ਕੀ ਨਾਮ ਆਪਣਾ ਜੀ? ਮੇਰਾ ਨਾਮ ਬਲਵੰਤ ਸਿੰਘ ਹੈ। ਮੈਮ, ਕੀ ਨਾਮ? ਮੇਰਾ ਨਾਮ ਜਸਵੰਤ ਕੌਰ ਹੈ ਜੀ। ਮੈਮ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਤੁਹਾਡਾ ਨਾਂ ਆਇਆ, ਅਸੀਂ ਚਾਹਾਂਗੇ ਤੁਸੀਂ ਆਪਣੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਜਿਹੜਾ ਕਿ ਰਿਕਾਰਡ ਕਿਸ ਚੀਜ਼ ਦਾ ਤੁਸੀਂ ਬਣਾਇਆ? ਸਾਡਾ ਜੀ, ਮੈਂ ਇਕੱਲਾ ਗਿਨੀ ਬੁੱਕ ਦੇ ਵਿੱਚ ਨਹੀਂ ਆਇਆ, ਲਿਮਕਾ ਬੁੱਕ ਤੋਂ ਲੈ ਕੇ ਫਿਰ ਗਿਨੀ ਬੁੱਕ ਤੱਕ ਪਹੁੰਚੇ ਹਾਂ। ਉਸਦੇ ਦਰਮਿਆਨ ਲਿਮਕਾ ਬੁੱਕ, ਵਰਲਡ ਇੰਡੀਆ ਬੁੱਕ, ਗਲੋਬਲ ਵਰਲਡ ਬੁੱਕ, ਚੈਂਪੀਅਨ ਵਰਲਡ ਬੁੱਕ, ਮੇਰਾ ਕਹਿਣ ਦਾ ਭਾਵ ਕਿ 6-7 ਬੁੱਕ ਦੇ ਵਿੱਚ ਸਾਡਾ ਨਾਂ ਦਰਜ ਹੋ ਚੁੱਕਿਆ। ਇਹ ਸਾਡਾ ਜਿਹੜਾ ਨਾਂ ਦਰਜ ਹੋਇਆ ਹੈਗਾ, ਅਸੀਂ ਬਲੱਡ ਨੇਸ਼ਨ ਦੇ ਵਿੱਚ ਦੁਨੀਆ ਦਾ ਪਹਿਲਾ ਕਪਲ ਹੈਗੇ ਹਾਂ, ਭਾਵ ਕਿ ਅਸੀਂ 101 ਵਾਰ ਦੋਨੋਂ ਅਸੀਂ ਖੂਨਦਾਨ ਕਰ ਚੁੱਕੇ ਹਾਂ। ਦੋਨੋਂ ਮੀਆਂ ਬੀਬੀ ਦਾ ਸਾਡਾ 202 ਵਾਰ ਅਸੀਂ ਖੂਨਦਾਨ ਕੀਤਾ ਹੈਗਾ ਵੱਖ ਵੱਖ ਬਲੱਡ ਬੈਂਕਾਂ ਦੇ ਵਿੱਚ ਜਾ ਕੇ। ਅਤੇ ਮੇਰੇ ਬੱਚੇ ਵੀ ਜਿਹੜੇ ਕਿ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਹਨ, ਉਹ ਵੀ 40-40 ਵਾਰ ਦੇ ਚੁੱਕੇ। ਅਤੇ ਅਸੀਂ ਸਾਡੇ ਪਰਿਵਾਰ ਦਾ ਹੀ 1 ਕੁਇੰਟਲ 'ਤੇ 11 ਕਿਲੋ ਖੂਨ ਅਸੀਂ ਦੇ ਚੁੱਕੇ ਹੈਗੇ। ਜਿਹੜਾ ਮੈਮ ਵੈਲੰਟਾਈਨ ਡੇ 'ਤੇ ਲੋਕ ਜ਼ਿਆਦਾਤਰ ਕਰਦੇ ਨੇ, ਅਤੇ ਕਪਲ ਜਿਹੜਾ ਹੋਏਗਾ ਉਹ ਇੱਕ ਦੂਜੇ ਲਈ ਪਿਆਰ ਦਿਖਾਉਂਦਾ, ਲੇਕਿਨ ਤੁਸੀਂ ਇੱਕ ਸੁਨੇਹਾ ਦੇ ਰਹੇ ਹੋ ਸਭ ਦੇ ਲਈ ਪਿਆਰ ਦੀ ਗੱਲ, ਕਿ ਤੁਸੀਂ ਬਲੱਡ ਡੋਨੇਟ ਕਰ ਰਹੇ ਹੋ, ਹੋਰ ਤੁਸੀਂ ਆਪਣੇ ਔਰਗਨ ਡੋਨੇਟ ਕਰਨ ਦੀ ਵੀ ਗੱਲ ਜਿਹੜੀ ਕਿ ਸਾਹਮਣੇ ਸੀ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਮਤਲਬ ਜਿਸ ਤਰ੍ਹਾਂ ਵੀ ਤੁਸੀਂ ਖੂਨ ਦੀ ਗੱਲ ਕੀਤੀ ਹੈਗੀ ਆ, ਖੂਨ ਦੇ ਨਾਲ ਜਿਹੜਾ ਹੈਗਾ ਇਹ ਸਾਡੇ ਇਹਦੇ ਵਿੱਚ ਸਾਡਾ ਆਪਸੀ ਭਾਈਚਾਰਾ ਜ਼ਿਆਦਾ ਵੱਧਦਾ ਹੈਗਾ, ਕਿਉਂਕਿ ਜਿਹੜਾ ਖੂਨ ਦਾ ਰੰਗ ਹਮੇਸ਼ਾ ਲਾਲ ਹੁੰਦਾ ਹੈਗਾ, ਭਾਵੇਂ ਉਹ ਮੁਸਲਮਾਨ ਦਾ ਹੋਵੇ, ਭਾਵੇਂ ਹਿੰਦੂ ਦਾ ਅਤੇ ਭਾਵੇਂ ਈਸਾਈ ਦਾ, ਭਾਵੇਂ ਸਿੱਖ ਦਾ ਹੈਗਾ। ਅਤੇ ਇਹ ਤਾਂ ਇੱਕ ਪਿਆਰ ਕਰਨ ਦਾ ਬਹੁਤ ਵਧੀਆ ਜ਼ਰੀਆ ਹੈਗਾ, ਜੇ ਅਸੀਂ ਵੈਲੰਟਾਈਨ ਡੇ 'ਤੇ ਖੂਨਦਾਨ ਕਰਕੇ ਅਸੀਂ ਇਸ ਨੂੰ ਮਨਾਈਏ ਤਾਂ ਇਸ ਤੋਂ ਵੱਡਾ ਤਾਂ ਮੇਰਾ ਖਿਆਲ ਵੀ ਹੋਰ ਕੋਈ ਕਾਜ ਹੀ ਨਹੀਂ ਹੈਗਾ। ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ, ਸਾਡੇ ਇੰਡੀਆ ਦੇ ਵਿੱਚ ਖਾਸ ਕਰਕੇ ਵੈਸਟਰਨ ਕਲਚਰ ਬਹੁਤ ਆਭਾਰੀ ਹੋ ਚੁੱਕਿਆ ਹੈਗਾ, ਉਸਦਾ ਬਹੁਤ ਭਾਰੂ ਆ ਸਾਡੇ 'ਤੇ। ਅਤੇ ਸਾਡੀ ਜਿਹੜੀ ਯੰਗ ਜਨਰੇਸ਼ਨ ਹੈਗੀ ਆ, ਉਹ ਵੈਲੰਟਾਈਨ ਡੇ ਨੂੰ ਉਸ ਨੂੰ ਮਤਲਬ ਇੱਕ ਜਿਵੇਂ ਕੋਈ ਖੇਡ ਜੀ ਬਣਾ ਲਿਆ ਉਹਨਾਂ ਨੇ ਹੈਗਾ, ਕਲੱਬਾਂ ਦੇ ਵਿੱਚ ਜਾ ਕੇ, ਹੋਟਲਾਂ ਦੇ ਵਿੱਚ ਜਾ ਕੇ, ਜਾਂ ਹੁੱਲੜਬਾਜ਼ੀਆਂ ਕਰਕੇ ਹੈਗੇ ਉਹ ਵੈਲੰਟਾਈਨ ਡੇ ਨੂੰ ਮਨਾ ਰਹੇ ਹੈਗੇ ਆ। ਪਰ ਜਿਹੜਾ ਸਾਡਾ ਇਹ ਮੈਸੇਜ ਆ, ਇਸ ਕਪਲ ਦਾ ਮੈਸੇਜ ਹੈਗਾ, ਉਹ ਇਹੀ ਹੈਗਾ ਕਿ ਬਜਾਏ ਅਸੀਂ ਇਹ ਹੁੱਲੜਬਾਜ਼ੀ ਕਰਨ 'ਤੇ ਜਾਂ ਅਸੀਂ ਪੈਸੇ ਦੀ ਵੇਸਟੇਜ ਕਰਨ 'ਤੇ, ਅਤੇ ਕਿਉਂ ਨਾ ਅਸੀਂ ਸਮਾਜ ਨੂੰ ਕੋਈ ਇਹੋ ਜਿਹਾ ਸੁਨੇਹਾ ਦੇਈਏ ਜਿਹਦੇ ਨਾਲ ਸਾਡੇ ਸਮਾਜ ਦਾ ਵੀ ਫਾਇਦਾ ਹੋਵੇ ਅਤੇ ਸਾਡਾ ਵੀ ਹੋਵੇ। ਅਤੇ ਇਸ ਦਿਨ 'ਤੇ ਅਸੀਂ ਕੋਈ ਚੰਗਾ ਕੰਮ ਕਰੀਏ, ਨੇਕ ਕੰਮ ਕਰੀਏ, ਸਮਾਜ ਸੇਵਾ ਦਾ ਕੰਮ ਕਰੀਏ, ਜਾਂ ਜਿਵੇਂ ਅਸੀਂ ਬਲੱਡ ਡੋਨੇਟ ਕਰਦੇ ਹੈਗੇ ਹਾਂ, ਅਤੇ ਜੇ ਉਹ ਆਪਸ ਵਿੱਚ ਦੋਨੇ ਪ੍ਰੇਮੀ ਖੂਨਦਾਨ ਕਰਕੇ ਬਲੱਡ ਬੈਂਕ ਦੇ ਵਿੱਚ ਇਹ ਨਵਾਂ ਸਾਲ ਜਿਹੜਾ ਵੈਲੰਟਾਈਨ ਡੇ ਮਨਾਉਣਗੇ, ਤਾਂ ਮੇਰਾ ਖਿਆਲ ਇਸ ਤੋਂ ਵਧੀਆ ਤਾਂ ਹੋਰ ਪਿਆਰ ਦਾ ਇਜ਼ਹਾਰ ਕੋਈ ਕੀਤਾ ਹੀ ਨਹੀਂ ਜਾ ਸਕਦਾ ਹੈਗਾ। ਸਰ, ਗੱਲਬਾਤ ਕਰਦਾ ਤੁਹਾਡੇ ਨਾਲ ਕਿ ਕਿੰਨੇ ਸਾਲ ਹੋ ਚੁੱਕੇ ਨੇ ਤੁਹਾਡੀ ਮੈਰਿਜ ਨੂੰ, ਅਤੇ ਕਦੋਂ ਤੁਸੀਂ ਪਹਿਲੀ ਵਾਰੀ ਬਲੱਡ ਡੋਨੇਸ਼ਨ ਕਰਨ ਦਾ ਸੋਚਿਆ ਕਿ ਇਕੱਠੇ ਬਲੱਡ ਡੋਨੇਟ ਜਿਹੜਾ ਕਿ ਕੀਤਾ ਜਾਵੇ? ਸਾਡੇ ਜਿਹੜੀ ਮੈਰਿਜ ਹੋਈ ਆ 5 ਜੁਲਾਈ 1980 ਨੂੰ ਹੋਈ ਸੀ, ਅਤੇ 1997 ਨੂੰ ਅਸੀਂ ਦੋਨਾਂ ਨੇ ਇਕੱਠੇ ਬਲੱਡ ਡੋਨੇਟ ਕਰਨਾ ਸ਼ੁਰੂ ਕੀਤਾ ਸੀ, ਜੋ ਸਾਡੀ 65 ਸਾਲ ਦੀ ਉਮਰ ਤੱਕ ਜਾਰੀ ਹੈ। ਹੁਣ ਤੱਕ ਅਸੀਂ 101 ਵਾਰ ਬਲੱਡ ਡੋਨੇਟ ਕਰ ਚੁੱਕੇ ਹਾਂ। ਸਾਡੇ ਬੱਚੇ ਵੀ ਸਾਨੂੰ ਦੇਖ ਕੇ, ਸਾਡੇ ਨਾਲ ਸਮਾਜ ਸੇਵਾ ਦਾ ਕੰਮ ਕਰਦੇ ਸੀ, ਉਹਨਾਂ ਨੇ ਵੀ ਕੈਨੇਡਾ ਵਿਖੇ ਜਿਹੜੇ ਰਹਿ ਰਹੇ ਆ 40-40 ਵਾਰ ਬਲੱਡ ਡੋਨੇਟ ਕੀਤਾ ਹੈ, ਅਤੇ ਟੋਟਲ ਸਾਡੇ ਪਰਿਵਾਰ ਦਾ ਬਲੱਡ ਹੈ ਜਿਹੜਾ 1 ਕੁਇੰਟਲ 11 ਕਿਲੋ ਬਣਦਾ ਹੈ।
ਤੇ ਬਲੱਡ ਡੋਨੇਟ ਕਾਫੀ ਲੋਕ ਜਿਹੜੇ ਕਿ ਨੇ ਜਿਹੜੇ ਕਿ ਬਲੱਡ ਡੋਨੇਟ ਕਰਦੇ ਨੇ, ਅਸੀਂ ਵੀ ਖੁਦ ਕਰਦੇ ਹਾਂ, ਲੇਕਿਨ ਜਿਹੜੇ ਕਿ ਲਗਾਤਾਰ ਬਲੱਡ ਡੋਨੇਟ ਕਰਨਾ, ਜਿਵੇਂ ਕਿ ਤੁਸੀਂ ਸਾਲ 'ਚ 4 ਵਾਰੀ ਬਲੱਡ ਡੋਨੇਟ ਕਰਦੇ ਹੋ, ਇਹ ਦਿਮਾਗ 'ਚ ਕਿਹੋ ਜਿਹੇ ਕਿਵੇਂ ਆਈਡੀਆ ਆਇਆ ਕਿ ਦੋਵਾਂ ਨੂੰ ਇਕੱਠੇ ਸਭ ਤੋਂ ਪਹਿਲਾਂ ਇਹ ਕਿ ਬਲੱਡ ਡੋਨੇਟ ਕਰਨਾ ਚਾਹੀਦਾ ਕਿ ਰੈਗੂਲਰ ਕਰਨਾ ਚਾਹੀਦਾ? ਹਾਂਜੀ, ਇਹਦੇ ਬਾਰੇ ਮੈਂ ਇਹੀ ਦੱਸਣਾ ਚਾਹੁੰਦੀ ਹੈਗੀ ਆ ਕਿ ਦੇਖੋ, ਖੂਨਦਾਨ ਸਾਰੇ ਕਰਦੇ ਹੈਗੇ ਆ, ਮੈਂ ਨਹੀਂ ਕਹਿੰਦੀ ਹੈਗੀ। ਅੱਜ ਜਿਵੇਂ ਸਾਡੇ ਸਮਾਜ ਦੇ ਵਿੱਚ ਇਹ ਲਹਿਰ ਆ ਕਾਫੀ ਫੈਲੀ ਹੋਈ ਆ, ਅੱਜ ਤੋਂ 25-30 ਸਾਲ ਪਹਿਲਾਂ ਖੂਨ ਦੀ ਬਹੁਤ ਕਮੀ ਹੁੰਦੀ ਸੀਗੀ, ਲੋਕ ਅਵੇਅਰ ਨਹੀਂ ਸੀਗੇ, ਹੁਣ ਬਹੁਤ ਅਵੇਅਰ ਹੋ ਚੁੱਕੇ ਹੈਗੇ। ਪਰ ਸਾਨੂੰ ਥੋੜ੍ਹਾ ਜਿਹਾ ਟਾਰਗੇਟ ਲੈ ਕੇ ਚੱਲਣਾ ਪੈਂਦਾ ਹੈਗਾ, ਜਿਵੇਂ ਅਸੀਂ ਆਪਣਾ ਇਹ ਇੱਕ ਟਾਰਗੇਟ ਲੈ ਕੇ ਚੱਲੇ ਹਾਂ, ਨਵਾਂ ਸਾਲ ਆ ਅਸੀਂ ਸੈਲੀਬ੍ਰੇਟ ਕਰਦੇ ਹਾਂ ਬਲੱਡ ਡੋਨੇਟ ਕਰਕੇ ਹੈਗੇ। ਲੋਕ ਜਿਵੇਂ ਹੋਟਲਾਂ 'ਚ ਜਾ ਕੇ ਨਵਾਂ ਸਾਲ ਸੈਲੀਬ੍ਰੇਟ ਕਰਦੇ ਹੈਗੇ ਆ, ਅਸੀਂ ਆਪਣਾ ਇੱਕ ਟਾਰਗੇਟ ਰੱਖਿਆ ਸੀ ਵੀ ਅਸੀਂ ਸਵੇਰੇ ਤਿਆਰ ਹੋਵੋ, ਨਵੇਂ ਵਧੀਆ ਕੱਪੜੇ ਪਾ ਕੇ ਨਵੇਂ ਸਾਲ 'ਤੇ ਖੂਨਦਾਨ ਕਰਕੇ ਆਈਏ, ਸਾਡੇ ਮਨ ਨੂੰ ਸ਼ਾਂਤੀ ਹੁੰਦੀ ਸੀ। ਉਸ ਤੋਂ ਬਾਅਦ ਅਸੀਂ ਆਪਣਾ ਦਿਨ ਰੱਖਿਆ ਸੀਗਾ ਵਰਲਡ ਹੈਲਥ ਡੇ, ਜਿਹੜਾ ਕਿ 7 ਅਪ੍ਰੈਲ ਨੂੰ ਹੁੰਦਾ ਹੈਗਾ, ਉਹ 1 ਤੋਂ ਲੈ ਕੇ 7 ਅਪ੍ਰੈਲ ਦੇ ਵਿਚਕਾਰ ਸਾਨੂੰ ਕੋਈ ਵੀ ਡੇਟ ਹੁੰਦੀ ਸੀ ਅਸੀਂ ਖੂਨਦਾਨ ਕਰਦੇ ਹੈਗੇ ਹਾਂ। ਉਸ ਤੋਂ ਬਾਅਦ ਸਾਡੀ ਮੈਰਿਜ ਐਨਵਰਸਰੀ, ਤੁਸੀਂ ਆਮ ਵੇਖਦੇ ਹੈਗੇ ਹੋ ਕਿ ਲੋਕ ਆਪਣੀ ਮੈਰਿਜ ਐਨਵਰਸਰੀ ਦਾ ਕਿੰਨਾ ਪੈਸਾ ਲਾਉਂਦੇ ਹੈਗੇ ਆ, ਰੌਲਾ ਪਾਉਂਦੇ ਆ, ਭੰਗੜੇ ਪਾਉਂਦੇ ਆ, ਹੋਟਲਾਂ ਦੇ ਵਿੱਚ ਜਾ ਕੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈਗਾ, ਉੱਥੇ ਲੜਾਈਆਂ ਕੋਲ ਵੀ ਹੁੰਦੇ ਹੈਗੇ, ਸਾਰਾ ਕੁਛ ਹੁੰਦਾ। ਪਰ ਅਸੀਂ ਇਹਨੂੰ ਵੱਖਰੇ ਢੰਗ ਨਾਲ ਮਨਾਉਂਦੇ ਹੈਗੇ ਹਾਂ, ਅਸੀਂ ਖੂਨਦਾਨ ਕਰਕੇ ਮਨਾਉਂਦੇ ਹਾਂ ਆਪਣੀ ਮੈਰਿਜ ਐਨਵਰਸਰੀ, ਅਤੇ ਕਹਿੰਦੇ ਕਲਬਾਂ 'ਚ ਨਹੀਂ ਗਏ, ਕਦੇ ਕੁਛ ਨਹੀਂ ਕੀਤਾ ਹੈਗਾ। ਅਤੇ ਸਾਡੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੀ ਜਿਹੜੀ ਸਿਲਵਰ ਜੁਬਲੀ ਵੀ ਸੀਗੀ 25ਵੀਂ ਮੈਰਿਜ ਐਨਵਰਸਰੀ, ਉਦੋਂ ਵੀ ਅਸੀਂ ਖੂਨਦਾਨ ਖੁਦ ਵੀ ਕੀਤਾ ਸੀ ਔਰ ਉਸ ਮੈਰਿਜ ਐਨਵਰਸਰੀ 'ਤੇ ਖੂਨਦਾਨ ਕੈਂਪ ਵੀ ਲਾਇਆ ਸੀਗਾ, ਅਤੇ ਅਸੀਂ ਉਸ ਤਰ੍ਹਾਂ ਮਨਾਈ ਸੀਗੀ। ਅਤੇ ਜਿਹੜੀ ਸਾਡਾ ਉਸ ਤੋਂ ਬਾਅਦ ਸਾਲ ਦੇ ਵਿੱਚ ਜਿਹੜਾ ਅਸੀਂ ਚੌਥਾ ਖੂਨਦਾਨ ਕਰਦੇ ਹੈਗੇ ਹਾਂ ਚੌਥੇ ਟਾਈਮ 'ਤੇ, ਉਹ ਹੈਗਾ ਇੰਟਰਨੈਸ਼ਨਲ ਆਪਣੇ ਨੈਸ਼ਨਲ ਬਲੱਡ ਡੋਨੇਸ਼ਨ ਡੇ ਹੁੰਦਾ 1 ਅਕਤੂਬਰ ਨੂੰ, ਅਸੀਂ ਉਦੋਂ ਕਰਦੇ ਹਾਂ। ਮਤਲਬ ਅਸੀਂ ਇੱਕ ਟਾਰਗੇਟ ਰੱਖਿਆ ਹੋਇਆ ਹੈਗਾ ਵੀ ਅਸੀਂ ਸਾਲ ਦੇ ਵਿੱਚ 4 ਦਿਨਾਂ ਦੇ ਵਿੱਚ ਅਸੀਂ ਖੂਨਦਾਨ ਕਰਨਾ ਹੈਗਾ, ਭਾਵੇਂ ਉਸ ਦਿਨ ਸਾਡਾ ਕੋਈ ਕੈਂਪ ਹੋਵੇ, ਜੇ ਨਹੀਂ ਕੈਂਪ ਤਾਂ ਅਸੀਂ ਬਲੱਡ ਬੈਂਕਾਂ ਦੇ ਵਿੱਚ ਜਾ ਕੇ ਬਲੱਡ ਡੋਨੇਟ ਕਰਦੇ ਹੈਗੇ ਹਾਂ। ਸੋ ਸਾਨੂੰ ਆਪਣੀ ਮੰਜ਼ਿਲ 'ਤੇ ਪਹੁੰਚ ਵਾਸਤੇ ਕੋਈ ਟਾਰਗੇਟ ਅਸੀਂ ਫਿਕਸ ਜਦੋਂ ਕਰਦੇ ਹਾਂ ਕਿਸੇ ਚੀਜ਼ ਨੂੰ ਅਚੀਵ ਕਰਨ ਵਾਸਤੇ, ਸਾਨੂੰ ਟਾਰਗੇਟ ਜ਼ਰੂਰ ਰੱਖਣਾ, ਅਸੀਂ ਆਪਣਾ ਟਾਰਗੇਟ ਰੱਖਿਆ ਸੀਗਾ, ਬਹੁਤ ਵਧੀਆ ਨਿਭ ਰਹੇ ਹੈਗੇ ਹਾਂ ਜੀ। ਅਤੇ ਮੈਂ ਇਸ ਤੋਂ ਇਲਾਵਾ ਇੱਕ ਦੱਸਣਾ ਚਾਹੁੰਦੀ ਹਾਂ ਕਿ ਜਿੱਥੇ ਅਸੀਂ ਇਸ ਜੋੜੀ ਨੇ ਖੂਨਦਾਨ ਕਰਕੇ ਆਪਣਾ ਰਿਕਾਰਡ ਬਣਾਇਆ ਹੈਗਾ, ਗਿਨੀਜ਼ ਬੁੱਕ ਤੱਕ ਅਸੀਂ ਗਏ ਹਾਂ, 2014 'ਚ ਸਾਡਾ ਗਿਨੀ ਬੁੱਕ ਦੇ ਵਿੱਚ ਨਾਂ ਦਰਜ ਹੋ ਚੁੱਕਿਆ ਸੀਗਾ। ਅਤੇ ਉੱਥੇ ਅਸੀਂ ਪਿਛਲੇ 28-30 ਸਾਲ ਤੋਂ ਕੱਪੜੇ ਵੀ ਮੈਚਿੰਗ ਪਾ ਰਹੇ ਹਾਂ ਇੱਕੋ ਜਿਹੇ, ਤੁਸੀਂ ਦੇਖ ਰਹੇ ਹੋ ਅੱਜ ਵੀ ਸਾਡੇ ਤੁਹਾਡੇ ਸਾਹਮਣੇ ਅਸੀਂ ਰੈੱਡ ਮੈਂ ਸੂਟ ਪਾਇਆ ਅਤੇ ਰੈੱਡ ਸਰਦਾਰ ਜੀ ਨੇ ਪੱਗ ਅਤੇ ਸ਼ਰਟ ਪਾਈ ਵੀ ਹੈਗੀ ਆ, ਅਤੇ ਹਮੇਸ਼ਾ ਹੀ ਸਾਡੀ ਇਹ ਮੈਚਿੰਗ ਹੁੰਦੀ ਹੈਗੀ ਆ। ਅਸੀਂ ਇਹ ਮੈਚਿੰਗ ਦਾ ਵੀ ਆਪਣਾ ਇੱਕ ਰਿਕਾਰਡ ਬਣਾਇਆ ਹੋਇਆ ਹੈਗਾ, ਕਈ ਵਾਰੀ ਮੀਡੀਆ ਸਾਡੇ ਕੋਲ ਆਉਂਦਾ, ਮੈਨੂੰ ਬੜਾ ਚੰਗਾ ਲੱਗਦਾ ਕਿ ਇਹਨਾਂ ਦੀਆਂ ਸ਼ਰਟਾਂ ਅਤੇ ਪੱਗਾਂ ਦੀ ਉਹ ਇੰਟਰਵਿਊ ਕਰਕੇ ਲੈ ਜਾਂਦੇ ਹੈਗੇ ਆ। ਤੋ ਸੋ ਮੇਰਾ ਕਹਿਣ ਦਾ ਮਤਲਬ ਇਹ ਤਾਂ ਹੀ ਹੁੰਦਾ ਹੈਗਾ ਜੇ ਸਾਡਾ ਆਪਸ ਵਿੱਚ ਪਿਆਰ ਬਣਿਆ ਹੋਇਆ ਹੈਗਾ। ਵੈਲਨਟਾਈਨ ਡੇ ਤਾਂ ਅਸੀਂ ਵੀ ਮਨਾਉਂਦੇ ਹਾਂ, ਅਸੀਂ ਇੱਕ ਵੱਖਰੇ ਢੰਗ ਨਾਲ ਮਨਾਉਂਦੇ ਹਾਂ ਵੈਲਨਟਾਈਨ, ਸਾਡਾ ਪਿਆਰ ਸਾਡਾ ਵੀ ਬਹੁਤ ਹੈਗਾ, ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਪ੍ਰੇਮੀ ਅਤੇ ਪ੍ਰੇਮਿਕਾ ਦਾ ਹੀ ਪਿਆਰ ਹੋਵੇ ਅਤੇ ਉਹੀ ਵੈਲਨਟਾਈਨ ਮਨਾ ਸਕੇ, ਪਤੀ ਪਤਨੀ ਵੀ ਮਨਾ ਸਕਦੇ ਹੈਗੇ ਵੈਲਨਟਾਈਨ ਡੇ। ਅਤੇ ਅਸੀਂ ਪਿਛਲੇ 25-30 ਸਾਲਾਂ ਤੋਂ ਸਾਡਾ ਇੱਦਾਂ ਹੀ ਵੈਲਨਟਾਈਨ ਡੇ ਮਨਾ ਰਹੇ ਹੈਗੇ ਹਾਂਗੇ, ਅਸੀਂ ਖੂਨਦਾਨ ਲਹਿਰ ਨੂੰ ਸਮਰਪਿਤ ਹੋਏ ਹਾਂ, ਵਧੀਆ ਕੰਮ ਕਰਕੇ ਮਨਾਉਂਦੇ ਹਾਂ। ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਗੁਆਰੇ ਹੀ ਦਿਓ ਹੈਗੇ ਤਾਂ ਜਾਂ ਪੈਸੇ ਹੀ ਲਾਓ ਜਾਂ ਹੁੱਲੜਬਾਜ਼ੀ ਕਰੋ ਫਿਰ ਵੈਲਨਟਾਈਨ ਡੇ ਮਨਾਉਣਾ ਹੈਗਾ, ਸਾਡਾ ਇਸ ਤਰ੍ਹਾਂ ਦਾ ਹੈ। ਮੈਮ, ਜਨਰਲੀ ਲੋਕਾਂ ਨੂੰ ਇੱਕ ਮਿਥ ਹੁੰਦਾ ਕਿ ਜ਼ਿਆਦਾ ਬਲੱਡ ਡੋਨੇਸ਼ਨ ਕਰਨ ਤੋਂ ਉਹਨਾਂ ਨੂੰ ਕਮਜ਼ੋਰੀ ਆ ਜਾਂਦੀ ਹੈ, ਹਾਲਾਂਕਿ ਡਾਕਟਰਸ ਨੇ ਵੀ ਕਿਹਾ ਹੈ ਕਿ ਬਲੱਡ ਡੋਨੇਟ ਕਰਨਾ ਹੈਲਦੀ ਹੈ, ਆਪਣੀ ਬਾਡੀ ਲਈ ਵੀ ਹੈਲਦੀ ਹੁੰਦਾ। ਤੁਸੀਂ ਇੰਨੇ ਸਾਲਾਂ ਤੋਂ ਬਲੱਡ ਡੋਨੇਟ ਕਰਦੇ ਆਏ ਹੋ, ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਐਕਸਪੀਰੀਅੰਸ ਦੱਸੋ ਕਿ ਤੁਹਾਨੂੰ ਕਦੇ ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਮਹਿਸੂਸ ਹੋਈ? ਹਾਂਜੀ, ਮੈਂ ਇਹਦੇ ਬਾਰੇ ਦੱਸਣਾ ਚਾਹੁੰਦੀ ਹਾਂ। ਵੈਸੇ ਤਾਂ ਤੁਹਾਡੇ ਸਾਹਮਣੇ ਦੇਖੋ ਮੈਂ ਐਡੀ ਜਿਵੇਂ ਕਹਿੰਦੇ ਹੁੰਦੇ ਹੱਟੀ ਕੱਟੀ ਖੜੀ ਹੈਗੀ ਹਾਂ, ਹੈ ਨਾ। ਉਮਰ ਮੇਰੀ ਹੋ ਗਈ, ਵੈਸੇ ਤਾਂ ਲੇਡੀਜ਼ ਆਪਣੀ ਉਮਰ ਦੱਸਦੇ ਨਹੀਂ, ਪਰ ਮੈਂ ਦੱਸਦੀ ਹਾਂ ਮੇਰੀ 64 ਸਾਲ ਦੀ ਉਮਰ ਹੋ ਗਈ। ਤੁਹਾਡੇ ਸਾਹਮਣੇ ਮੈਂ ਖੜੀ, 101 ਵਾਰ ਖੂਨਦਾਨ ਕਰਤੀ, ਜ਼ਿੰਮੇਵਾਰੀਆਂ ਵੀ ਨਿਭਾਈਆਂ ਹੈਗੀਆਂ, ਸਰਕਾਰੀ ਜੋਬ ਵੀ ਕੀਤੀ ਹੈਗੀ ਆ, ਬੱਚੇ ਵੀ ਪਾਲੇ ਆ, ਘਰ ਦੇ ਕੰਮ ਵੀ ਕੀਤੇ ਆ, ਔਰ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਤੱਕ ਮੈਂ ਕਦੇ ਆਪਣੇ ਘਰ ਕੰਮ ਵਾਲੀ ਵੀ ਨਹੀਂ ਲਾਹੀ ਹੈਗੀ, ਸਾਰਾ ਕੰਮ ਮੈਂ ਖੁਦ ਕਰਦੀ ਹੈਗੀ ਹਾਂ। ਅਤੇ ਕਦੇ ਸਿਹਤ ਨੂੰ ਫਰਕ ਨਹੀਂ ਪੈਂਦਾ ਹੈਗਾ, ਇਹ ਸਾਡਾ ਵਹਿਮ ਆ ਲੋਕਾਂ ਦਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਕਈ ਵਾਰ ਸਾਨੂੰ ਮੈਸੇਜ ਆਉਂਦੇ ਹੈਗੇ ਜਾਂ ਫੋਨ ਆਉਂਦੇ ਆ, ਉਹ ਕਹਿੰਦੇ ਵੀ ਇਹ ਜੋੜਾ ਇੰਨੇ ਵਾਰੀ ਖੂਨਦਾਨ ਕਰ ਗਿਆ, ਅਸੀਂ ਦੇਖ ਕੇ ਆਉਣਾ ਕਿਤੇ ਉਹ ਸੁੱਕਿਆ ਪਿਆ ਹੋਣਾ ਜਮਾਂ। ਕਈ ਵਾਰੀ ਸਾਨੂੰ ਸਪੈਸ਼ਲ ਘਰ ਦੇਖਣ ਆਉਂਦੇ ਹੈਗੇ ਆ, ਉਹ ਵੀ ਇਹ ਤਾਂ ਬਹੁਤ ਪਤਲੇ ਹੋ ਗਏ ਹੁਣ, ਇੰਨਾ ਖੂਨ ਦਾਨ ਕਰ ਚੁੱਕੇ ਹੈਗੇ ਆ। ਪਰ ਇਹੋ ਜਿਹੀ ਕੋਈ ਗੱਲ ਨਹੀਂ, ਸਾਡੇ ਦਿਲ ਦਾ ਵਹਿਮ ਹੈਗਾ, ਖੂਨਦਾਨ ਕਰਨ ਦੇ ਨਾਲ ਕਦੇ ਸਾਡੇ ਸਰੀਰ 'ਚ ਕੋਈ ਫਰਕ ਨਹੀਂ ਪੈਂਦਾ ਹੈਗਾ,
5 ਤੋਂ 6 ਲੀਟਰ ਸਾਡੇ ਸਰੀਰ ਦੇ ਵਿੱਚ ਬਲੱਡ ਹੁੰਦਾ ਹੈਗਾ ਤੇ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਹਾਂ ਤੇ 24 ਘੰਟਿਆਂ ਦੇ ਵਿੱਚ ਸਾਡਾ ਜਿਹੜਾ ਬਲੱਡ ਆ ਪੂਰਾ ਹੋ ਜਾਂਦਾ ਹੈਗਾ ਤੇ ਜਿਹੜੇ ਸੈੱਲ ਬਣਦੇ ਹੈਗੇ ਆ ਉਹ 90 ਦਿਨਾਂ ਦੇ ਵਿੱਚ ਸਾਡੇ ਕੰਪਲੀਟ ਹੋ ਜਾਂਦੇ ਹੈਗੇ ਆ ਸੋ ਮੈਂ ਤਾਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਤੁਹਾਡੇ ਸਾਹਮਣੇ ਇਹ ਕਪਲ ਖੜਾ ਹੈਗਾ ਔਰ ਰਿਸ਼ਟ ਪੁਸ਼ਟ ਔਰ ਨੌਜਵਾਨ ਕਪਲ ਹੈਗਾ ਇਹ ਯੰਗ ਕਪਲ ਖੜਾ ਹੈਗਾ ਅਸੀਂ ਆਪਣੇ ਆਪ ਨੂੰ ਕਦੇ ਬੁੜੇ ਵੀ ਨਹੀਂ ਸਮਝਦੇ ਨਾ ਹੀ ਕਦੇ ਬੁੜੇ ਹੋਣਾ ਐਵਰਗ੍ਰੀਨ ਰਹਿਣਾ ਹਮ ਬਣੇ ਇੱਕ ਦੂਜੇ ਕੇ ਲੀਏ ਹਾਂ ਅੱਜ ਵੀ ਮੈਂ ਵੈਲੰਟਾਈਨ ਡੇ 'ਤੇ ਵੀ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਡਾ ਇੰਨਾ ਪਿਆਰ ਹੈਗਾ ਆਪਸ ਵਿੱਚ ਇਹ ਮੇਰੇ ਲਈ ਅਤੇ ਮੈਂ ਇਹਨਾਂ ਲਈ ਹੈਗੀ ਹਾਂ ਅਤੇ ਅਸੀਂ ਕਦੇ ਸਾਡੇ 'ਚ ਕਦੇ ਕੋਈ ਫਰਕ ਨਹੀਂ ਆਇਆ ਨਾ ਅਸੀਂ ਕਦੇ ਸਾਡੀ ਲੜਾਈ ਹੋਈ ਆ ਕਦੇ ਕੋਈ ਸਾਡੇ ਮਤਭੇਦ ਨਹੀਂ ਹੋਏ ਸਾਡੀ ਸੋਚ ਵੀ ਇੱਕੋ ਜਿਹੀ ਬਣੀ ਵੀ ਆ ਸਾਡੇ ਜਿਹੜੇ ਸੁਭਾਅ ਹੈਗਾ ਉਹ ਵੀ ਇੱਕੋ ਜਿਹਾ ਹੈਗਾ ਸਾਡੇ ਵਿਚਾਰ ਵੀ ਇੱਕੋ ਜਿਹੇ ਮਿਲਦੇ ਹੈਗੇ ਆ ਅਤੇ ਮੈਂ ਤਾਂ ਇਹੀ ਕਹਿਣੀ ਹੈਗੀ ਹਾਂ ਕਿ ਇਹੋ ਜਿਹੇ ਜੇ ਅਸੀਂ ਕੰਮ ਕਰਾਂਗੇ ਤਾਂ ਜਿਵੇਂ ਕਹਿੰਦੇ ਹੁੰਦੇ ਹੈਗੇ ਆ ਨਾ ਕਿ 25 ਸਾਲਾਂ ਬਾਅਦ ਤਾਂ ਮੀਆਂ ਬੀਬੀ ਦੀ ਸ਼ਕਲ ਮਿਲ ਜਾਂਦੀ ਆ ਉਹ ਨਹੀਂ ਮਿਲਦੀ ਜੇ ਤੁਸੀਂ ਖੂਨਦਾਨ ਕਰੋਗੇ ਇਕੱਠੇ ਫਿਰ ਤੁਹਾਡੀਆਂ ਸ਼ਕਲਾਂ ਜ਼ਰੂਰ ਮਿਲ ਜਾਂਦੀਆਂ ਹੈਗੀਆਂ ਨਾ ਸ਼ਕਲਾਂ ਭਾਵੇਂ ਮਿਲਣ ਨਾ ਮਿਲਣ ਪਰ ਵਿਚਾਰ ਜ਼ਰੂਰ ਮਿਲ ਜਾਂਦੇ ਹੈਗੇ ਆ ਅੱਜ ਤੁਹਾਡੇ ਸਾਹਮਣੇ ਇਹ ਇੱਕ ਐਗਜ਼ਾਮਪਲ ਆ ਜੋੜੇ ਦੀ ਜਿਹੜਾ ਦੁਨੀਆ ਦਾ ਪਹਿਲਾ ਕਪਲ ਆ ਕਿਤੇ ਵੀ ਤੁਸੀਂ ਸਰਚ ਮਾਰੋਗੇ ਗੂਗਲ 'ਤੇ ਔਰ ਯੂਟਿਊਬ 'ਤੇ ਜਾਓਗੇ ਬਲਵੰਤ ਜਸਵੰਤ ਪਾ ਕੇ ਕੱਢ ਲਓ ਇਹ ਜੋੜੀ ਤੁਹਾਨੂੰ ਸਾਹਮਣੇ ਦਿਸੂਗੀ ਤੁਹਾਡੇ ਸਾਹਮਣੇ ਬਿਲਕੁਲ ਤੰਦਰੁਸਤ ਹੈ ਜੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਵਾਹਿਗੁਰੂ ਇੱਦਾਂ ਹੀ ਰੱਖੇ ਸਾਨੂੰ ਮੈਮ ਇੱਕ ਆਖਰੀ ਸਵਾਲ ਦਰਸ਼ਕਾਂ ਦੇ ਲਈ ਇੱਕ ਕੀ ਮੈਸੇਜ ਦੇਣਾ ਚਾਹੋਗੇ ਲਿਵਿੰਗ ਇੰਡੀਆ ਨਿਊਜ਼ ਦੇ ਜਿਹਨੇ ਦਰਸ਼ਕ ਨੇ ਉਹਨਾਂ ਨੇ ਕੀ ਇੱਕ ਮੈਸੇਜ ਦੇਣਾ ਚਾਹੋਗੇ ਹਾਲਾਂਕਿ ਮੈਸੇਜ ਤੁਸੀਂ ਦੇ ਹੀ ਚੁੱਕੇ ਹੋ ਕਿ ਸੈਲੀਬ੍ਰੇਟ ਜਿਹੜਾ ਕੀ ਹੈ ਕੋਈ ਵੀ ਤਿਉਹਾਰ ਕੋਈ ਵੀ ਖੁਸ਼ੀ ਜਿਹੜੀ ਕੀ ਹੈ ਉਹ ਇੱਦਾਂ ਮਨਾਈ ਜਾਵੇ ਕਿ ਲੋਕਾਂ ਨੂੰ ਵੀ ਉਹਦਾ ਫਾਇਦਾ ਮਿਲੇ ਜਿਵੇਂ ਕਿ ਤੁਸੀਂ ਕਰਦੇ ਆਏ ਹੋ ਖੂਨਦਾਨ ਕਰਦੇ ਆਏ ਹੋ ਆਪਣੀ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਹੋਰ ਕੀ ਇੱਕ ਮੈਸੇਜ ਦੇਣਾ ਚਾਹੋਗੇ ਦੇਖੋ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਨੂੰ ਸਾਡਾ ਇਹੀ ਮੈਸੇਜ ਹੈਗਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਇੰਨੀ ਮਿਹਨਤ ਕਰਕੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਪਾਲ ਪਲੋਸ ਕੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਆਪਣੇ ਬੱਚਿਆਂ ਨੂੰ ਅਸੀਂ ਕਿਤੇ ਨਾ ਕਿਤੇ ਕੋਈ ਉੱਚੀ ਥਾਂ 'ਤੇ ਲੈ ਕੇ ਜਾਈਏ ਚੰਗੀ ਪੜ੍ਹਾਈ ਕਰਾਈਏ ਚੰਗੇ ਅਹੁਦਿਆਂ 'ਤੇ ਲੱਗਣ ਕਿਉਂਕਿ ਬਾਹਰ ਜਾਣ ਦੀ ਵੀ ਸਾਡੀ ਕਾਫੀ ਹੋੜ ਲੱਗੀ ਵੀ ਹੈਗੀ ਆ ਬੱਚਿਆਂ ਨੂੰ ਬਾਹਰ ਸੈੱਟ ਕਰੀਏ ਹੈਗੀ ਹੈ ਅਤੇ ਤੁਸੀਂ ਉਹਨਾਂ ਉਸ ਪੇਰੈਂਟਸ ਦਾ ਨਾਂ ਜ਼ਰੂਰ ਰੋਸ਼ਨ ਕਰੋ ਮਾੜੇ ਕੰਮ ਕਰਕੇ ਨਹੀਂ ਚੰਗੇ ਕੰਮ ਕਰਕੇ ਜੇ ਵੈਲੰਟਾਈਨ ਡੇ ਆਉਂਦਾ ਹੈਗਾ ਸਾਡਾ ਇਹ ਨਹੀਂ ਮਤਲਬ ਹੈਗਾ ਕਿ ਤੁਸੀਂ ਪਿਆਰ ਨਾ ਕਰੋ ਤੁਸੀਂ ਆਪਣੀ ਕਿਸੇ ਮਸ਼ੂਕ ਦੇ ਨਾਲ ਪਿਆਰ ਨਾ ਕਰੋ ਆਪਣੀ ਪ੍ਰੇਮਿਕਾ ਦੇ ਨਾਲ ਪਿਆਰ ਨਾ ਕਰੋ ਪਿਆਰ ਕਰੋ ਪਰ ਮਾਂ ਬਾਪ ਦਾ ਨਾਂ ਰੋਸ਼ਨ ਕਰੋ ਕਿਉਂਕਿ ਸਾਡੇ ਉੱਤੇ ਵੈਸਟਰਨ ਕਲਚਰ ਆ ਜਿਹੜਾ ਬਹੁਤ ਭਾਰੀ ਹੋ ਚੁੱਕਿਆ ਹੈਗਾ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਇਸੇ ਦਲਦਲ ਦੇ ਵਿੱਚ ਫਸ ਕੇ ਰਹਿ ਜੇ ਇਸ ਵੈਸਟਰਨ ਕਲਚਰ ਦੇ ਵਿੱਚ ਉਲਝੇ ਅਤੇ ਜਿਹੜੇ ਮਾਂ ਬਾਪ ਦੀਆਂ ਇੱਛਾਵਾਂ ਸੀਗੀਆਂ ਸੁਪਨੇ ਹੈਗੇ ਮਾਂ ਬਾਪ ਦੇ ਅਧੂਰੇ ਰਹਿ ਜਾਣ ਆਪਣੇ ਮਾਂ ਬਾਪ ਦਾ ਜ਼ਰੂਰ ਨਾਂ ਰੋਸ਼ਨ ਕਰੋ ਉਹਨਾਂ ਦੇ ਸੁਪਨੇ ਸਾਕਾਰ ਕਰੋ ਚੰਗੇ ਕੰਮ ਕਰਕੇ ਮਾੜੇ ਕੰਮ ਕਰਕੇ ਇਹੀ ਮੈਸੇਜ ਧੰਨਵਾਦ ਜੀ ਅਸੀਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਿਹੜਾ ਕਿ ਤੁਸੀਂ ਇੱਕ ਉਪਰਾਲਾ ਕੀਤਾ ਲੋਕਾਂ ਦੇ ਨਾਲ ਖੁਸ਼ੀ ਵੰਡ ਕੇ ਆਪਣੀ ਖੁਸ਼ੀ ਮਨਾਉਣ ਦਾ ਲੋਕਾਂ ਦੇ ਨਾਲ ਮਨਾਉਣ ਦਾ ਅਤੇ ਨਾਲ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਤੁਹਾਡਾ ਨਾਮ ਵੀ ਹੈ ਉਹਦੇ ਲਈ ਵੀ ਅਸੀਂ ਤੁਹਾਨੂੰ ਪੂਰੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਧੰਨਵਾਦ ਜੀ ਅਤੇ ਆ ਸੀਗਾ ਸਾਡੇ ਨਾਲ ਕਪਲ ਜਿਹੜੇ ਕਿ ਇੱਕ ਖੁਸ਼ੀ ਮਨਾਉਣ ਦਾ ਇੱਕ ਵੱਖਰਾ ਹੀ ਸੁਨੇਹਾ ਲੈ ਕੇ ਆਏ ਨੇ ਹਾਲਾਂਕਿ ਅਸੀਂ ਤਿਉਹਾਰ ਮਨਾਉਂਦੇ ਹਾਂ ਆਪਣੇ ਘਰ ਪਰਿਵਾਰ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਲੇਕਿਨ ਇਹਨਾਂ ਦਾ ਇਹ ਮੈਸੇਜ ਹੈ ਕਿ ਜੇ ਕੋਈ ਖੁਸ਼ੀ ਮਨਾਈ ਜਾਵੇ ਜੇ ਕੋਈ ਤਿਉਹਾਰ ਮਨਾਇਆ ਜਾਵੇ ਇਹ ਸਭ ਦੇ ਨਾਲ ਮਿਲ ਕੇ ਮਨਾਇਆ ਜਾਵੇ ਖੂਨਦਾਨ ਕਰਕੇ ਮਨਾਇਆ ਜਾਵੇ ਜਿਸ ਤਰੀਕੇ ਨਾਲ ਇੱਕ ਲੋਕਾਂ ਨੂੰ ਇੱਕ ਵੈਲੰਟਾਈਨ ਡੇ ਦੀ ਐਕਸਾਈਟਮੈਂਟ ਹੁੰਦੀ ਹੈ ਵੈਲੰਟਾਈਨ ਡੇ ਦਾ ਮਤਲਬ ਸ਼ਾਇਦ ਲੋਕਾਂ ਨੇ ਕੁਝ ਹੋਰ ਕੱਢਿਆ ਲੇਕਿਨ ਜੇਕਰ ਇਸ ਕਪਲ ਦੀ ਗੱਲ ਕੀਤੀ ਜਾਵੇ ਜੇ ਇਸ ਯੰਗ ਕਪਲ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਵੀ ਤਿਉਹਾਰ ਮਨਾਏ ਜਾਏ ਜਿਹੜੀ ਵੀ ਕੋਈ ਖੁਸ਼ੀ ਮਨਾਈ ਜਾਵੇ ਔਰ ਸਭ ਦੇ ਨਾਲ ਮਿਲ ਕੇ ਮਨਾਈ ਜਾਵੇ ਲੋਕਾਂ ਦੇ ਭਲੇ ਦੇ ਨਾਲ ਕੀਤੀ ਜਾਵੇ ਅਤੇ ਜਿਸ ਤਰੀਕੇ ਨਾਲ ਵੈਲੰਟਾਈਨ ਡੇ ਮਨਾ ਰਹੇ ਨੇ ਇਹ ਇਹੀ ਐਕਸਪੈਕਟ ਕਰਦੇ ਨੇ ਅਤੇ ਆਉਣ ਵਾਲੀ ਜਨਰੇਸ਼ਨ ਵੀ ਜਿਹੜੀ ਕੀ ਹੈ ਉਹ ਇਸ ਤਰੀਕੇ ਦੇ ਨਾਲ ਆਪਣੇ ਸਾਰੇ ਤਿਉਹਾਰ ਮਨਾਉਣ ਭਾਵੇਂ ਗੱਲ ਕੀਤੀ ਜਾਵੇ ਨਿਊ ਈਅਰ ਦੀ ਭਾਵੇਂ ਗੱਲ ਕੀਤੀ ਜਾਵੇ ਵੈਲੰਟਾਈਨ ਡੇ ਦੀ ਕੈਮਰਾਮੈਨ ਬਿੰਤੇਸ਼ ਦੇ ਨਾਲ ਅਨਮੋਲ ਸਿੰਘ ਗੁਲਾਟੀ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ ਕੀ ਤੁਸੀਂ 12ਵੀਂ 2015 2016 ਜਾਂ 2017 'ਚ ਪਾਸ ਕੀਤੀ ਹੈ ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ ਹੁਣੇ ਫੋਨ ਚੱਕੋ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ